पारिवारिक मेंबरों से परेशान एक बुजुर्ग महिला ने रेलगाड़ी के नीचे आकर की अपनी जीवन लीला समाप्त। गुरदासपुर के चावर स्टेशन के नजदीक एक बुजुर्ग महिला ने अपने परिवार से तंग आकर अपनी जीवन लीला की समाप्त। मौके पर पहुंचकर रेलवे पुलिस कर्मचारियों ने शव को सिविल अस्पताल में पोस्टमार्टम के लिए भेज दिया गया है। जानकारी देते हुए बुजुर्ग महिला गुरमीत कौर, पत्नी दलवीर सिंह की बेटी धर्मेंद्र कौर व हरप्रीत कौर ने बताया कि उसके पिता और उसका भाई और उनकी भाभी उसे हमेशा तंग और परेशान करते रहते थे, जिसके कारण वह बहुत दुखी रहती थी। शनिवार को अमृतसर से पठानकोट से जाने वाली टाटा मोरी गाड़ी के नीचे आकर अपनी जान दे दी। मृतक की बेटी और पड़ोसियों ने प्रशासन से मांग की है दोषियों के खिलाफ मामला दर्ज करके उन दोषियों पर सख्त कार्रवाई की जाए। बटाला से दमन बाजवा की विशेष रिपोर्ट। आप देख रहे हैं BS लाइव न्यूज चैनल। खबर को लाइक शेयर व सब्सक्राइब जरूर करें। धन्यवाद। ਅੱਜ ਇੱਕ ਲੇਡੀ ਜਿਹਦੀ ਉਮਰ ਸੀ 62-63 ਸਾਲ ਦੀ ਹੈ, ਉਹਨਾਂ ਘਰੇਲੂ ਕਲੇਸ਼ ਤੋਂ ਤੰਗ ਆ ਕੇ ਉਹਨਾਂ ਨੇ ਅੱਜ ਇੱਥੇ ਗੇਟ ਨੰਬਰ C48 ਤੇ ਝਾਵਰ ਦੇ ਲਾਗੇ ਆ ਕੇ ਇਹਨੇ ਮਤਲਬ ਖੁਦਕੁਸ਼ੀ ਕਰ ਲਈ ਹੈ ਤੇ ਉਹਦੇ ਸੰਬੰਧ ਵਿੱਚ ਅਸੀਂ ਅੱਜ ਇੱਥੇ ਆਏ ਹਾਂ ਤੇ ਮੇਰੇ ਤੋਂ ਪਹਿਲਾਂ ਅਸੀਂ ਭੁਪਿੰਦਰ ਸਿੰਘ ਆਏ ਸੀਗੇ, ਇਹਨਾਂ ਨੇ ਜਿਹੜੀ ਉਹ ਕਾਰਵਾਈ ਮੁੱਢਲੀ ਜਿਹੜੀ ਅਮਲ ਵਿੱਚ ਲਿਆਂਦੀ ਹੈ ਤੇ ਇਹਨਾਂ ਦੀ ਤਲਾਹ ਤੇ ਮੈਂ ਇੱਥੇ ਮੈਂ SHO GRP ਪਠਾਨਕੋਟ ਬਰਾਏ ਤਸਦੀਕ ਮੌਕਾ ਬਕੂਆ ਦੀ ਆਇਆ ਸੀਗਾ ਤੇ ਉੱਥੇ ਇਹਦੇ ਜਿਹੜੀ ਮ੍ਰਿਤਕ ਆ ਉਹਦੀਆਂ ਬੇਟੀਆਂ ਨੇ ਮਤਲਬ ਮੇਰੇ ਕੋਲ ਹਾਜ਼ਰ ਆ ਕੇ ਆਪਣਾ ਬਿਆਨ ਲਿਖਾਇਆ ਵੀ ਸਾਡੀ ਮਾਤਾ ਨੇ ਜਿਹੜੀ ਘਰੇਲੂ ਆਪਣੇ ਘਰ ਵਾਲੇ ਤੋਂ ਤੇ ਬੇਟੇ ਤੋਂ ਤੇ ਨੌਂ ਤੋਂ ਤੰਗ ਆ ਕੇ ਜਿਹੜੀ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਦਾ ਨਾਂ ਗੁਰਮੀਤ ਕੌਰ ਆ, ਵਾਈਫ ਆਫ ਦਲਵੀਰ ਸਿੰਘ, ਪਿੰਡ ਝਾਵਰ। ਮਾਮਲਾ ਸਾਡੇ ਵੱਲੋਂ ਇਹਨਾਂ ਦੇ ਬੇਟੀ ਦਾ ਬਿਆਨ ਲੈ ਕੇ ਜਿਹੜਾ ਖੁਦਕੁਸ਼ੀ ਦਾ ਮਾਮਲਾ ਜਿਹੜਾ ਉਹ ਦਰਜ ਕਰਨ ਲਈ ਥਾਣੇ ਭੇਜ ਦਿੱਤਾ ਵਾ ਤੇ FIR ਦਰਜ ਕੀਤੀ ਜਾ ਰਹੀ ਉਹਨਾਂ ਦੇ ਖਿਲਾਫ਼। ਆਪਣਾ ਗੁਰਮੀਤ ਸਿੰਘ ਨਾਲ ਪਿੰਡ ਸਾਬਰ ਕਰਾਇਆ, ਗੱਲਬਾਤ ਜੀ 5-6 ਮਹੀਨੇ ਤੋਂ ਆਇਆ, ਰਿਟਾਇਰ ਹੋ ਗਏ ਉਦੋਂ ਤੋਂ ਹੀ ਆ ਕੇ ਤੇ ਮਾਤਾ ਨੂੰ ਕੁੱਟਮਾਰ ਕਰਦੇ ਆ ਤੇ ਜਿਹੜਾ ਲਖਵਿੰਦਰ ਸਿੰਘ ਤੇ ਦਲਵੀਰ ਸਿੰਘ ਨਾਲ ਇਹਦੀ ਨਾਲ ਦੀ ਆ, ਕੋਈ ਰੋਟੀ ਪਾਣੀ ਨੀ ਦਿੰਦੇ ਇਹਨੂੰ, ਕੁੱਟ ਕੇ ਤੇ ਮਤਲਬ ਕੱਢਦੇ। ਬੜਾ ਸਾਰੇ ਰਿਸ਼ਤੇਦਾਰਾਂ ਵੀ ਇਹਨਾਂ ਨੂੰ ਸਮਝਾਇਆ ਨਹੀਂ ਟਲਦੇ। ਅੱਜ ਵੀ ਜਦੋਂ ਇਹਦਾ ਕਤਲ ਹੋ ਗਿਆ ਇਹਨਾਂ ਦੇ ਦੁੱਖੋ ਤੇ ਅਸੀਂ ਆਏ, ਇਹਨਾਂ ਕੁੜੀਆਂ ਨੂੰ ਗਲੱਪੇ ਮਾਰੇ ਸਾਰੇ ਪਿੰਡ ਦੇ ਹੁੰਦੇ ਆ, ਮੁਲਾਜ਼ਮਾਂ ਦੇ ਹੁੰਦੇ ਆ, ਤੇ ਕਾਰਵਾਈ ਜਿੰਨਾ ਚਿਰ ਨਹੀਂ ਹੋਏਗੀ ਅਸੀਂ ਉਨਾ ਚਿਰ ਲਾਸ਼ ਨਹੀਂ ਚੁੱਕਣ ਦੇਣੀ। ਇਹਨਾਂ ਦਾ ਪਰਚਾ ਹੋਣਾ ਚਾਹੀਦਾ, ਉਹ ਸਾਰੇ ਰਲੇ ਨੇ। ਮਾਇਆ ਦਾ ਘਮਾਂਡਿਆ ਆਉਂਦਾ 1 ਕਰੋੜ ਰੁਪਇਆ ਮੈਂ ਲੈ ਕੇ ਆਇਆ ਤੇ ਕੋਈ ਰੋਟੀ ਨਹੀਂ, ਭੁੱਖੀ ਮਰੀ ਆ। ਕੱਲ੍ਹ ਸਵੇਰ ਦੀ 1 ਰੋਟੀ ਖਾਧੀ ਇਹਨੇ ਤੇ 11 ਵਜੇ। ਸਾਨੂੰ ਇਨਸਾਫ਼ ਚਾਹੀਦਾ, ਜਿਹੜਾ ਇਹ ਆ ਵੀ ਇੱਦਾਂ ਤੇ ਹਰ ਪੋਤੀ ਮਾਵਾਂ ਨੂੰ ਤੇ ਮਾਰਨਗੇ ਤੇ ਇੱਦਾਂ ਤਾਂ ਨਹੀਂ ਚਾਹੀਦਾ। ਪੁੱਤ ਤੇ ਧੀਆਂ ਜੰਮੀ ਦੀਆਂ, ਮਾਂ ਪਿਓ ਸੁਖ ਲਈ ਜੰਮਦਾ ਤੇ ਜੇ ਕਤਲ ਹੀ ਹੋਣਾ ਤੇ ਫਿਰ ਜੰਮਣ ਦੀ ਕੀ ਲੋੜ ਹੈ।
ਇਹਦਾ ਇਨਸਾਫ ਹੀ ਲੈਣਾ ਇਹਨਾਂ ਦੇ ਪਰਚਾ ਇਹਨਾਂ ਨੂੰ ਹੱਥ ਘੜੀਆਂ ਲੱਗੇ ਤੇ ਫਿਰ ਮਤਲਬ ਲਾ ਚੁੱਕਣ ਦੇਣੀ ਉਹਨਾਂ ਜੇ ਚੁੱਕਣ ਨਹੀਂ ਦੇਣੀ ਇਹਨਾਂ ਤਿੰਨਾਂ ਦੇ ਪਰਚਾ ਹੋਣਾ ਚਾਹੀਦਾ ਨਾਲ ਇਹਦੀ ਲਖਵਿੰਦਰ ਸਿੰਘ ਦੀ ਘਰ ਦੀ ਹੈ ਹਾਂ ਤਿੰਨ ਸਾਂ ਚਾਹੀਦਾ ਹਨ ਤਰਵਿੰਦਰ ਕੌਰ ਇਹ ਮੇਰੀ ਮੰਮੀ ਗੱਲਬਾਤ ਇਹ ਜੀਣ ਹੀ ਨਹੀਂ ਦਿੰਦੇ ਕੁੱਟਦੇ ਹੀ ਮਾਰਦੇ ਹੀ ਰੋਟੀ ਨਹੀਂ ਦਿੰਦੇ ਦਵਾਈ ਨਹੀਂ ਲਿਆ ਕੇ ਦਿੰਦੇ ਮੇਰਾ ਨੌ ਪੁੱਤ ਤੇ ਨੌ ਤੇ ਘਰ ਵਾਲਾ ਮਾਤਾ ਦਾ ਦਲਬੀਰ ਸਿੰਘ ਨਵਜੀਤ ਕੌਰ ਲਖਵਿੰਦਰ ਸਿੰਘ ਤਿੰਨੇ ਕੁੱਟ ਮਾਰ ਕਰਦੇ ਦੁਖੀ ਹੋ ਕੇ ਆਈ ਹੈ ਅੱਜ ਵੀ ਉਹਨੂੰ ਮਾਰਿਆ ਵਾ ਕੱਲ ਵੀ ਮਾਰਿਆ ਕੱਲ ਸਵੇਰ ਦੀ ਇੱਕ ਰੋਟੀ ਚਾਹ ਨਾ ਉਠਦੀ ਨੇ ਖਾਧੀ ਹੈ ਕੱਲ ਸਾਰੀ ਦਿਹਾੜੀ ਕੁਛ ਨਹੀਂ ਖਾਧਾ ਅੱਜ ਵੀ ਇਹਨੂੰ ਮਾਰਿਆ ਸਵੇਰੇ ਮਾਰਿਆ ਵਾ ਇੱਥੇ ਆਈ ਹੈ ਹਵੇਲੀ ਇੱਥੋਂ ਆਣ ਕੇ ਇੱਥੇ ਸਟੇਸ਼ਨ ਤੇ ਫਾਟਕ ਤੇ ਰਹਿੰਦਾ ਫੌਜੀ ਜਿਹੜਾ ਉਹਦਾ ਗੱਲ ਕਰਕੇ ਗਈ ਆ ਉਹ ਆਂਦਾ ਮਾਤਾ ਤੂੰ ਦਵਾਈ ਲਿਆਉਣੀ ਆਂਦੀ ਮੈਨੂੰ ਲਿਆ ਕੇ ਨਹੀਂ ਦਿੰਦੇ ਆਂਦਾ ਮਾਤਾ ਤੂੰ ਹਵੇਲੀ ਤੰਬੂ ਲਾ ਲਾ ਨਹੀਂ ਦਵਾਈ ਲਿਆ ਕੇ ਦਿੰਦੇ ਤੂੰ ਇੱਥੇ ਰਹਿ ਰਿਹਾ ਘਰੋਂ ਕੱਢਦੇ ਆ ਤੈਨੂੰ ਤੂੰ ਇੱਥੇ ਰਹਿ ਲਾ ਆਂਦੀ ਚੰਗਾ ਤਾਂ ਉਹ ਫੌਜੀ ਨੇ ਉਹਨੂੰ ਲੱਖੇ ਨੂੰ ਆਖਿਆ ਲੱਖੇ ਨੇ ਫਿਰ ਜਾ ਕੇ ਘਰ ਹੱਥੀ ਪਿਆ ਫਿਰ ਮਾਰਿਆ ਨਾ ਇਹ ਬਾਚੀਆਂ ਮਰੋੜੀਆਂ ਨਾ ਇਹ ਇੱਕ ਚਮੁੱਕੀਆਂ ਮਾਰੀਆਂ ਇਹ ਅਸੀਂ ਇਹੋ ਚਾਹੁੰਦੇ ਵੀ ਇਹਨਾਂ ਦੇ ਪਰਚਾ ਹੋਏ ਤਿੰਨਾਂ ਇਹਨਾਂ ਤਿੰਨਾਂ ਦੇ ਪਰਚਾ ਹੋਏ ਇਹਨਾਂ ਨੂੰ ਪਤਾ ਲੱਗੇ ਕਿ ਕੱਲਾ ਕੱਲਾ ਪੁੱਤ ਵਾਂ ਮੈਂ ਕੱਲਾ ਕੱਲਾ ਮੈਂ ਪੁੱਤ ਵਾਂ ਤੇ ਮੈਂ ਕਿਸ ਤਰ੍ਹਾਂ ਆਪਣੀ ਮਾਂ ਨੂੰ ਕੀ ਤਸੀਹੇ ਦਿੱਤੇ ਆ ਮੈਂ ਅੱਧਾ ਲੱਖ ਰੁਪਇਆ ਲੈ ਕੇ ਆਇਆ ਲੱਖ ਮਾਂ ਦੇ ਵਾਸਤੇ ਲੈ ਕੇ ਆਇਆ ਕਰੋੜ ਰੁਪਇਆ ਸੱਚ ਕਰੋੜ ਰੁਪਇਆ ਦਿੱਤੇ ਮਾਂ ਨੂੰ ਮਾਂ ਵਾਸਤੇ